ਸਾਡੇ ਬਰਗਾੜੀ ਬਹਿਬਲ ਕਲਾਂ ਜਿੱਥੋਂ ਤੇ ਤੁਸੀਂ ਆਪ ਹੋ ਸਰ, ਜਿਸ ਹਲਕੇ ਨੂੰ ਤੁਸੀਂ ਰਿਪ੍ਰੈਜੈਂਟ ਕਰਦੇ ਹੋ ਅੰਮ੍ਰਿਤਧਾਰੀ, ਅਜੇ ਤੱਕ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਬੈਠੇ ਨੇ 2.5 ਸਾਲਾਂ 'ਚ, ਉਹ ਵੀ ਫਰਿਆਦ ਕਰਦੇ ਰਹੇ, ਮੈਂ ਵੀ ਕਰਦੇ ਰਿਹਾ, ਕੋਈ ਡਿਸਕਸ਼ਨ ਹੀ ਕਰ ਲਓ। ਇੱਕ ਅਦਾਲਤ ਉੱਪਰ ਵੀ ਹੈ ਸਰ, ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ, ਉਸ ਅਦਾਲਤ ਤੋਂ ਬਰੀ ਹੋਣਾ ਬਹੁਤ ਮੁਸ਼ਕਿਲ ਦਾ ਕੰਮ ਹੈ ਸਰ, ਬਹੁਤ ਮੁਸ਼ਕਿਲ ਦਾ ਕੰਮ ਹੈ। ਬਹੁਤ ਸਾਰੇ ਨਵੇਂ ਕਲੂ ਮਿਲੇ, ਐਡ ਕਰਕੇ ਬਿਲਕੁਲ ਪੱਕੇ, ਜਿਵੇਂ ਪੰਜਾਬੀ 'ਚ ਕਹਿੰਦੇ, ਬਿਲਕੁਲ ਕਿਲ ਲੈਣ ਚੰਗੀ ਤਰ੍ਹਾਂ ਠੋਕ ਕੇ, ਸਾਡੇ ਵੱਲੋਂ ਉਹ ਜਿਹੜੀ AG ਸਾਹਿਬ ਬੈਠੇ ਨੇ, ਸਾਡੇ ਵੱਲੋਂ ਉਹ ਜਿਹੜੀ FIR ਹੈ ਉਹ ਬਿਲਕੁਲ ਰੈਡੀ ਹੈ। ਕਾਨੂੰਨੀ ਮਾਹਰਾਂ ਨਾਲ ਸਲਾਹ ਕਰਕੇ ਆਉਣ ਵਾਲੇ ਚੰਦ ਦਿਨਾਂ ਦੇ ਵਿੱਚ ਅਸੀਂ ਉਹ ਬਹੁਤ ਵਧੀਆ ਤਰੀਕੇ ਦਾ ਤੱਤ ਭੜੱਥ 'ਚ ਕਰ ਦਈਏ ਤਾਂ ਉਹ ਖੁਆਇਸ਼ ਹੋ ਜੂਗੀ, ਉੱਥੋਂ ਕੋਈ ਫਾਇਦਾ ਨਹੀਂ ਫਿਰ ਉਹਦਾ। ਅਸੀਂ ਉਹਦੇ 'ਚ ਜੋ ਸਾਨੂੰ ਨਵਾਂ ਮਿਲਿਆ ਉਹ ਵੀ ਪਾ ਕੇ ਆਉਣ ਵਾਲੇ ਚੰਦ ਦਿਨਾਂ ਦੇ ਵਿੱਚ ਅਸੀਂ ਉੱਥੇ ਪੇਸ਼ ਕਰ ਦਾਂਗੇ। ਸਾਡੀ ਗਰੰਟੀ ਵੀ ਸੀ, ਸਾਡਾ ਵਾਅਦਾ ਵੀ ਸੀ, ਔਰ ਸਾਡਾ ਫਰਜ਼ ਵੀ ਬਣਦਾ। ਸਾਨੂੰ ਸਾਡੇ ਬਾਪ ਕਹਿੰਦੇ, ਸਾਡਾ ਪਿਤਾ, ਸਾਨੂੰ ਸਾਡੇ ਪਿਤਾ ਜੀ ਦੀ, ਜਿਹੜੀ ਸਾਡੇ ਬਾਪੂ ਜੀ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋਈ ਹੈ, ਉਹ ਜੇ ਸਾਡੇ ਪੰਜਾਬ 'ਚ ਨਹੀਂ ਇਨਸਾਫ ਮਿਲੂਗਾ, ਬਾਹਰੋਂ ਕੀ ਆਪਾਂ ਉਮੀਦ ਕਰਾਂਗੇ। ਫਿਰ ਚਾਹੇ ਵਕੀਲ ਜਿੰਨੇ ਮਰਜ਼ੀ ਮਹਿੰਗੇ ਕਰਨੇ ਪੈਣ, ਜਿੱਥੋਂ ਮਰਜ਼ੀ ਲਿਆਉਣੇ ਪੈਣ, ਅਸੀਂ ਕੇਸ ਲੜਾਂਗੇ। ਵਿਧਾਨ ਸਭਾ ਦੇ ਵਿੱਚ ਵਿਰੋਧੀਆਂ ਦੇ ਵੱਲੋਂ, ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਬੇਅਦਬੀਆਂ ਦਾ ਮੁੱਦਾ ਜ਼ੋਰਾਂ ਸ਼ੋਰਾਂ ਦੇ ਨਾਲ ਉਠਾਇਆ ਗਿਆ, ਅਤੇ ਇਸ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਇਨਸਾਫ ਦੀ ਮੰਗ ਵੀ ਕੀਤੀ ਗਈ, ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸਦਾ ਜਵਾਬ ਵੀ ਦਿੱਤਾ ਗਿਆ। ਉਹਨਾਂ ਕਿਹਾ ਕਿ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਕੁਝ ਨਵੇਂ ਕਲੂ ਮਿਲੇ ਨੇ, ਉਹਨਾਂ ਨੂੰ ਸਬੂਤ ਮਿਲੇ ਨੇ, ਅਤੇ ਉਹ ਇਸ ਮਾਮਲੇ ਦੇ ਵਿੱਚ ਕੋਈ ਵੀ ਢਿੱਲ ਨਹੀਂ ਛੱਡਣਾ ਚਾਹੁੰਦੇ। ਉਹਨਾਂ ਕਿਹਾ ਕਿ ਜਿਵੇਂ ਪਿਛਲੀਆਂ ਸਰਕਾਰਾਂ ਦੇ ਸਮੇਂ ਉਹਨਾਂ ਦੇ ਵੱਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ, ਪਰ ਉਹਨਾਂ ਦੀ ਸਰਕਾਰ ਦੇ ਵਿੱਚ ਹੁਣ ਇਸ ਮਾਮਲੇ ਦੇ ਵਿੱਚ ਕੋਈ ਵੀ ਢਿੱਲ ਨਹੀਂ ਛੱਡੀ ਜਾਵੇਗੀ, ਜਿੰਨੇ ਮਰਜ਼ੀ ਮਹਿੰਗੇ ਵਕੀਲ ਕਰਵਾਉਣੇ ਪੈਣ ਅਤੇ ਉਹ ਕੇਸ ਲੜਨਗੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਜ਼ਰੂਰ ਦਿਵਾਉਣਗੇ। ਇੱਕ ਜਿਹੜੀ ਕੱਲ੍ਹ ਵੀ ਗੱਲ ਉੱਠੀ ਹੈ, LOP ਸਾਹਿਬ ਨੇ ਕਿਹਾ ਸੀ 63/12 ਜਿਹੜੀ ਸਾਡੀ, ਜਿਹੜੀ ਉਹਨੂੰ ਕਹਿੰਦੇ ਤੁਸੀਂ FIR ਹੈ, ਜਿਹੜੀ ਜਿਹੜੀ ਬੇਅਦਬੀ ਦੀ, ਬਿਲਕੁਲ ਗੌਰਮੈਂਟ ਨੇ ਬਹੁਤ ਸਾਰੇ ਨਵੇਂ ਕਲੂ ਮਿਲੇ, ਐਡ ਕਰਕੇ ਬਿਲਕੁਲ ਪੱਕੇ, ਜਿਵੇਂ ਪੰਜਾਬੀ 'ਚ ਕਹਿੰਦੇ, ਬਿਲਕੁਲ ਕਿਲ ਲੈਣ ਚੰਗੀ ਤਰ੍ਹਾਂ ਠੋਕ ਕੇ, ਸਾਡੇ ਵੱਲੋਂ ਉਹ ਜਿਹੜੀ AG ਸਾਹਿਬ ਬੈਠੇ ਨੇ, ਸਾਡੇ ਵੱਲੋਂ ਉਹ ਜਿਹੜੀ FIR ਹੈ ਉਹ ਬਿਲਕੁਲ ਰੈਡੀ ਹੈ। ਅਸੀਂ ਕਾਨੂੰਨੀ ਮਾਹਰਾਂ ਨਾਲ ਸਲਾਹ ਕਰਕੇ ਆਉਣ ਵਾਲੇ ਚੰਦ ਦਿਨਾਂ ਦੇ ਵਿੱਚ ਅਸੀਂ ਉਹ ਬਹੁਤ ਵਧੀਆ ਤਰੀਕੇ ਦਾ ਤੱਤ ਭੜੱਥ 'ਚ ਕਰ ਦਈਏ ਤਾਂ ਉਹ ਖੁਆਇਸ਼ ਹੋ ਜੂਗੀ, ਉੱਥੋਂ ਕੋਈ ਫਾਇਦਾ ਨਹੀਂ ਫਿਰ ਉਹਦਾ। ਅਸੀਂ ਉਹਦੇ 'ਚ ਜੋ ਸਾਨੂੰ ਨਵਾਂ ਮਿਲਿਆ ਉਹ ਵੀ ਪਾ ਕੇ ਆਉਣ ਵਾਲੇ ਚੰਦ ਦਿਨਾਂ ਦੇ ਵਿੱਚ ਅਸੀਂ ਉੱਥੇ ਪੇਸ਼ ਕਰ ਦਾਂਗੇ। ਸਾਡੀ ਗਰੰਟੀ ਵੀ ਸੀ, ਸਾਡਾ ਵਾਅਦਾ ਵੀ ਸੀ, ਔਰ ਸਾਡਾ ਫਰਜ਼ ਵੀ ਬਣਦਾ ਕਿ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਦਾ ਜੇ ਕੋਈ ਦੋਸ਼ੀ ਹੈ ਤਾਂ ਉਹਦੇ ਵਿਰੁੱਧ ਜਿਹੜੀ FIR ਪਹਿਲਾਂ ਕੋਟਕਪੂਰੇ ਵਾਲੀ ਕੀਤੀ ਹੈ, ਠੀਕ ਹੈ ਜੀ, ਬਾਈਬਲ ਕਲਾਂ ਵਾਲੇ ਵੀ ਸਿੱਟ ਜਿਹੜੀ ਹੈ ਉਹਦੀਆਂ ਮੀਟਿੰਗਾਂ ਕੰਟੀਨਿਊ ਕੀਤੀਆਂ ਨੇ, ਨਵੀਆਂ ਕੀਤੀਆਂ ਨੇ, ਸੋ ਕੁਛ ਨਵੇਂ ਕਲੂ ਵੀ ਮਿਲੇ ਨੇ, ਕੁਛ ਨਵੀਆਂ ਡਿਵੈਲਪਮੈਂਟ ਹੋਈਆਂ ਨੇ, ਤੁਸੀਂ ਦੇਖਿਆ ਹੋਣਾ। ਮੈਂ ਆਪ ਦਿਲੋਂ ਚਾਹੁੰਦਾ, ਸੱਚੇ ਦਿਲੋਂ ਚਾਹੁੰਦਾ ਕਿ ਸਾਨੂੰ ਸਾਡੇ ਬਾਪ ਕਹਿੰਦੇ, ਸਾਡਾ ਪਿਤਾ, ਸਾਨੂੰ ਸਾਡੇ ਪਿਤਾ ਜੀ ਦੀ, ਜਿਹੜੀ ਸਾਡੇ ਬਾਪੂ ਜੀ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋਈ ਹੈ, ਉਹ ਜੇ ਸਾਡੇ ਪੰਜਾਬ 'ਚ ਨਹੀਂ ਇਨਸਾਫ ਮਿਲੂਗਾ, ਬਾਹਰੋਂ ਕੀ ਆਪਾਂ ਉਮੀਦ ਕਰਾਂਗੇ ਫਿਰ। ਸੋ ਉਹ ਜ਼ਰੂਰ ਜਿੱਥੋਂ ਤੱਕ ਹੋ ਸਕਦਾ ਹੋਇਆ, ਅਸੀਂ ਚਾਹੇ ਵਕੀਲ ਜਿੰਨੇ ਮਰਜ਼ੀ ਮਹਿੰਗੇ ਕਰਨੇ ਪੈਣ, ਜਿੱਥੋਂ ਮਰਜ਼ੀ ਲਿਆਉਣੇ ਪੈਣ, ਅਸੀਂ ਕੇਸ ਲੜਾਂਗੇ। ਅਸੀਂ ਪਹਿਲਾਂ ਵਾਂਗੂ ਢਿੱਲ ਨਹੀਂ ਛੱਡਾਂਗੇ। ਪਹਿਲਾਂ ਉਹਨਾਂ ਨੇ ਬਹੁਤ ਢਿੱਲਾਂ ਛੱਡੀਆਂ ਹੋਈਆਂ ਨੇ, ਦੁੱਖ ਨਾਲ ਕਹਿਣਾ ਪੈ ਰਿਹਾ, ਤੁਹਾਨੂੰ ਵੀ ਇਸ ਗੱਲ ਦਾ ਪਤਾ, ਤੁਸੀਂ ਸਾਰੇ ਜਾਣਦੇ ਹੋ, ਪਰ ਉਸੇ ਚੀਜ਼ ਨੇ ਫਿਰ
ਤੁਸੀਂ ਦੇਖ ਲਓ ਹਾਲਾਤ ਕੀ ਬਣਾ ਤੇ ਉਹਨਾਂ ਦੇ, ਦੇਖੋ ਕਿ ਮਤਲਬ ਦਰ ਦਰ ਭੜਕਦੇ ਫਿਰਦੇ ਨੇ। 25 ਸਾਲ ਰਾਜ ਕਰਾਂਗੇ, ਕਹਿਣ ਵਾਲੇ ਕੋਲ 25 ਬੰਦੇ ਨਹੀਂ ਹੈਗੇ। ਹੁਣ 5 ਮੈਂਬਰੀ ਕਮੇਟੀ ਬਣਾਤੀ, ਕਹਿੰਦੇ ਸੁਖਬੀਰ ਬਾਦਲ ਨੇ, ਪਤਾ ਨਹੀਂ ਕਾਕਾ ਕਿਹੜੇ ਮੁੱਦੇ ਵਾਸਤੇ। ਮੈਂ ਕਿਹਾ ਜੇ 11 ਮੈਂਬਰੀ ਬਣਾਉਣ ਦਾ ਜ਼ੋਰ ਪੈ ਗਿਆ ਫਿਰ 6 ਬੰਦੇ ਲਿਓ ਕਿੱਥੋਂ ਇਹ, ਠੀਕ ਹੈ ਨਾ। ਸੋ ਇੰਨੇ ਤਾਂ ਹੈ ਹੀ ਨਹੀਂ ਹੁਣ, ਹੁਣ ਤਾਂ 5 ਮੈਂਬਰੀ 'ਤੇ ਚੱਲੂ, ਤਾਂ 2-2.5 ਮੈਂਬਰ 'ਤੇ ਵੀ ਆਜੂਗਾ ਆ ਸਕਦਾ ਕੰਮ। ਸੋ ਇਸ ਕਰਕੇ ਇਹ ਪਬਲਿਕ ਹੈ ਜੀ, ਪਬਲਿਕ ਹੈ, ਸਭ ਜਾਣਤੀ ਹੈ। ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਉਹ ਕੋਈ ਵੀ ਢਿੱਲ ਨਹੀਂ ਛੱਡਣਗੇ। ਉਹਨਾਂ ਦੇ ਵੱਲੋਂ ਇਸ ਵਾਰ ਪੱਕੇ ਕਿੱਲ ਠੋਕੇ ਗਏ ਨੇ। ਉਹਨਾਂ ਕਿਹਾ ਕਿ FIR ਤਿਆਰ ਕਰ ਲਈ ਗਈ ਹੈ, ਕਾਨੂੰਨੀ ਮਾਹਰਾਂ ਦੀ ਰਾਏ ਲਈ ਜਾ ਰਹੀ ਹੈ ਅਤੇ ਜਲਦ ਹੀ ਇਸ FIR ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਵੀ ਦਿਵਾਈਆਂ ਜਾਣਗੀਆਂ।